ਮੇਰੀ ਕੋਈ ਹੈਲਪ ਕਰ ਦੋ, ਮੇਰਾ ਪੁੱਤ ਘਰੇ ਆ ਜਾਵੇ, ਮੈਨੂੰ ਕੋਈ ਦੱਸ ਦੋ ਮੇਰਾ ਪੁੱਤ ਕਿੱਥੇ ਆ, ਮੈਂ ਆਪਣੇ ਪੁੱਤ ਤੋਂ ਬਿਨਾਂ ਨਹੀਂ ਰਹਿ ਸਕਦੀ। ਰੋਂਦੀ ਕੁਰਲਾਉਂਦੀ ਇਹ ਮਾਂ ਜਿਸਦਾ ਲਾਡਲਾ ਪੁੱਤ ਪਿਛਲੇ 3 ਦਿਨਾਂ ਤੋਂ ਲਾਪਤਾ ਚੱਲ ਰਿਹਾ, ਆਪਣੇ ਪੁੱਤ ਨੂੰ ਲੱਭਣ ਦੇ ਲਈ ਇਹ ਮਾਂ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ ਤੇ ਰੋ ਰੋ ਕੇ ਇਸਦਾ ਬੁਰਾ ਹਾਲ ਹੈ। ਤੇ ਹੁਣ ਆਪਣੇ ਪੁੱਤ ਦੀ ਭਾਲ ਦੇ ਵਿੱਚ ਇਹ ਪਿੰਡ ਪਿੰਡ ਉਸਦੇ ਗੁੰਮਸ਼ੁਦਗੀ ਦੇ ਪੋਸਟਰ ਲਗਾ ਰਹੀ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਕਪੂਰਥਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਹ ਬੱਚਾ ਦਿਮਾਗੀ ਤੌਰ ਤੋਂ ਬਿਮਾਰ ਦੱਸਿਆ ਜਾ ਰਿਹਾ, ਜੋ ਕਿ ਘਰੇ ਬਿਨਾਂ ਦੱਸੇ ਚਲਾ ਜਾਂਦਾ ਹੈ ਤੇ 3 ਦਿਨਾਂ ਤੋਂ ਉਸਦੀ ਕੋਈ ਵੀ ਖਬਰ ਨਹੀਂ ਮਿਲਦੀ। ਤੇ ਆਪਣੇ ਬੱਚੇ ਲਈ ਇਹ ਮਾਂ ਪਿੰਡ ਪਿੰਡ ਜਾ ਕੇ ਹੁਣ ਪੋਸਟਰ ਲਗਾ ਰਹੀ ਹੈ। ਦੱਸ ਦਈਏ ਕਿ ਇਸ ਬੱਚੇ ਦੀ ਉਮਰ 18 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜੋ ਕਿ ਦਿਮਾਗੀ ਤੌਰ ਤੋਂ ਬਿਮਾਰ ਹੈ ਅਤੇ ਕਪੂਰਥਲਾ ਦੇ ਪਿੰਡ ਪੱਡੇ ਬੇੜ ਦਾ ਰਹਿਣ ਵਾਲਾ ਹੈ ਤੇ ਆਖਰੀ ਵਾਰ ਇਸ ਨੂੰ ਕਾਲੀ ਸ਼ਰਟ ਤੇ ਕਾਲੇ ਪਜਾਮੇ 'ਚ ਵੇਖਿਆ ਗਿਆ ਸੀ। ਜੇਕਰ ਤੁਹਾਨੂੰ ਇਸ ਬੱਚੇ ਦੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਇਸ ਨੰਬਰ 'ਤੇ ਪਰਿਵਾਰ ਨੂੰ ਸੰਪਰਕ ਜ਼ਰੂਰ ਕਰੋ, 78883-75995, 98779-71605। ਤਾਂ ਇਹਨਾਂ ਨੰਬਰਾਂ 'ਤੇ ਪਰਿਵਾਰ ਨੂੰ ਸੰਪਰਕ ਕਰਿਓ ਜੇਕਰ ਤੁਹਾਨੂੰ ਇਸ ਬੱਚੇ ਸੰਬੰਧੀ ਕੋਈ ਵੀ ਜਾਣਕਾਰੀ ਮਿਲਦੀ ਹੈ, ਤਾਂ ਕਿ ਇਸ ਮਾਂ ਨੂੰ ਆਪਣਾ ਗੁਆਚਿਆ ਹੋਇਆ ਪੁੱਤ ਮਿਲ ਸਕੇ। ਤਾਂ ਇਸ ਬੇਵਸ ਔਰਤ ਦੇ ਬੱਚੇ ਨੂੰ ਲੱਭਣ ਦੇ ਵਿੱਚ ਤੁਸੀਂ ਵੀ ਮਦਦ ਕਰੋ। ਤਾਂ ਵੇਖ ਸਕਦੇ ਹੋ ਕਿ ਇਸ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਪਿਛਲੇ 3 ਦਿਨ ਤੋਂ ਇਸ ਦਾ ਪੁੱਤ ਘਰ ਨਹੀਂ ਆਇਆ, ਜੋ ਕਿ ਦਿਮਾਗੀ ਤੌਰ ਤੋਂ ਪਰੇਸ਼ਾਨ ਦੱਸਿਆ ਜਾ ਰਿਹਾ। ਤਾਂ ਆਪਣੇ ਪੁੱਤ ਨੂੰ ਲੱਭਣ ਦੇ ਲਈ ਹੁਣੇ ਮਾਂ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ ਤੇ ਪਿੰਡ ਪਿੰਡ ਜਾ ਕੇ ਆਪਣੇ ਬੱਚੇ ਦੀ ਭਾਲ ਕਰ ਰਹੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਇਸ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਇਸ ਬੱਚੇ ਸੰਬੰਧੀ ਜੇਕਰ ਤੁਹਾਨੂੰ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਇਸ ਪਰਿਵਾਰ ਨੂੰ ਇਹਨਾਂ ਨੰਬਰਾਂ 'ਤੇ ਜ਼ਰੂਰ ਸੰਪਰਕ ਕਰੋ। ਤਾਂ TV ਸਕਰੀਨ 'ਤੇ ਇਹ 2 ਨੰਬਰ ਨੇ ਜੋ ਕਿ ਪਰਿਵਾਰਕ ਮੈਂਬਰਾਂ ਦੇ ਨੇ। ਭੈਣ ਜੀ, ਜਿਹੜਾ ਤੁਹਾਡਾ ਬੱਚਾ ਗੁੰਮ ਹੋਇਆ, ਕੀ ਉਹਨਾਂ ਦਾ ਨਾਮ, ਕਿੰਨੀ ਕੁ ਉਮਰ ਆ? ਉਹਦਾ ਨਾਮ ਹੈਗਾ ਬਲਜਿੰਦਰ ਸਿੰਘ, 18-19 ਸਾਲਾਂ ਦਾ ਜੀ ਹੈਗਾ। ਕਦੋਂ ਗਿਆ ਘਰੋਂ? ਇਹ ਮੰਗਲਵਾਰ ਦਾ ਗਿਆ ਹੋਇਆ ਘਰੋਂ। ਗੁੱਸੇ ਕੱਸੇ ਹੋ ਕੇ ਗਏ? ਨਹੀਂ ਜੀ, ਨਾ ਗੁੱਸੇ ਆ ਨਾ ਕੁਛ ਨਹੀਂ ਹੋਇਆ, ਸਿਰਫ ਦਿਮਾਗੀ ਪਰੇਸ਼ਾਨ ਆ। ਹਾਂਜੀ, ਥੋੜਾ ਦਿਮਾਗ ਪਰੇਸ਼ਾਨ। ਤੇ ਪਹਿਲਾਂ ਵੀ ਚੱਲ ਜਾਂਦੇ ਸੀਗੇ? ਨਹੀਂ ਜੀ, ਕਦੀ ਨਹੀਂ ਕਿਤੇ ਗਿਆ, ਇੱਥੇ ਪਿੰਡ 'ਚ ਹੀ ਰਹਿੰਦਾ ਹੁੰਦਾ ਸੀ। ਪਿੰਡ 'ਚ ਇੱਥੇ ਚੱਲ ਜਾਣਾ, ਘਰੋਂ ਬਾਹਰ ਆ ਜਾਣਾ, ਘਰੇ ਇੱਥੇ ਕੁ ਚੱਲ ਜਾਣਾ, ਘਰੇ ਫੇਰ ਚੱਲ ਜਾਣਾ, ਕਿਤੇ ਨਹੀਂ ਦੂਰ ਨੇੜੇ ਗਿਆ, ਕਦੀ ਵੀ ਪਿੰਡੋਂ ਬਾਹਰ ਨਹੀਂ ਕਦੀ ਗਿਆ। ਇਹ ਪਹਿਲਾ ਚਾਂਸ ਹੈ ਜੀ ਸਾਡੇ ਨਾਲ ਹੋਇਆ। ਤੇ ਤੁਸੀਂ ਫਿਰ ਉਹਦੀ ਭਾਲ ਕੀਤੀ ਹੈ? ਹਾਂਜੀ, ਅਸੀਂ ਬਹੁਤ ਲੱਭ ਰਹੇ ਹਾਂ, ਸਾਨੂੰ ਕਿਤੇ ਨਹੀਂ ਲੱਭ ਰਿਹਾ, ਸਾਡੀ ਹੈਲਪ ਕੀਤੀ ਜਾਵੇ, ਸਾਨੂੰ ਕੋਈ ਵੀ ਦੇਖ ਕੇ ਦੱਸ ਦੇਵੇ ਸਾਡਾ ਪੁੱਤ ਕਿੱਥੇ ਆ। ਪੁਲਿਸ ਰਿਪੋਰਟ ਕਰਵਾਈ ਹੈ ਤੁਸੀਂ? ਹਾਂਜੀ ਕਰਵਾਈ ਆ, ਸਾਨੂੰ ਉਹਨਾਂ ਨੇ ਵੀ ਕੁਛ ਦੱਸਿਆ ਹੈਗਾ, ਸਾਡੇ ਕੋਲ ਹੀ ਪੱਲੇ ਪੋੜ ਦੇ। ਪਰਿਵਾਰ ਦਾ ਕੋਈ ਫੋਨ ਨੰਬਰ ਬੋਲ ਦਿਓ। ਪਰਿਵਾਰ ਦਾ 78883-75295, ਇਹ ਮੇਰੇ ਛੋਟੇ ਬੇੜੇ ਦਾ ਨੰਬਰ ਆ ਜੀ, ਕਿਸੇ ਨੂੰ ਵੀ ਪਤਾ ਲੱਗਦਾ ਸਾਡੀ ਕੋਈ ਵੀ ਮਦਦ ਕੀਤੀ ਜਾਵੇ, ਕੋਈ ਵੀ ਸਾਨੂੰ ਜ਼ਰੂਰੀ ਸੂਚਨਾ ਦੇਵੇ ਵੀ ਸਾਡਾ ਪੁੱਤ ਕਿੱਥੇ ਆ, ਕਿਸੇ ਨੂੰ ਵੀ ਦਿਸਦਾ ਸਾਨੂੰ ਕੋਈ ਵੀ ਦੱਸ ਦੇਵੇ, ਬਸ ਛੇਤੀ ਤੋਂ ਛੇਤੀ ਦੱਸੋ। ਬੇਟੇ, ਜਿਹੜਾ ਤੇਰਾ ਭਰਾ ਗੁੰਮ ਹੋਇਆ, ਕਿੰਨਾ ਕੀ ਉਹਦਾ ਨਾਂ ਔਰ ਕਿੰਨੀ ਕੁ ਉਮਰ ਆ ਉਹਦੀ? ਨਾਮ ਉਹਦਾ ਸਾਗਰ, 18-19 ਸਾਲ ਤੱਕ ਉਮਰ ਆ ਉਹਦੀ। ਕਦੋਂ ਗੁੰਮ ਹੋਏ? 6 ਤਰੀਕ ਦੇ 7 ਵਜੇ ਦਾ ਸਵੇਰ ਦਾ ਘਰੋਂ ਗਿਆ ਹੋਇਆ।
ਕਿਹੜੇ ਪਿੰਡ ਤੋਂ ਹੋਇਆ? ਵੱਡੇ ਪੇੜ ਤੋਂ। ਅੱਛਾ ਜੀ, ਅਤੇ ਕੀ ਘਰੇ ਦੱਸ ਕੇ ਗਏ ਵੀ ਕਿੱਥੇ ਮੈਂ ਜਾਣਾ? ਕੁਛ ਨਹੀਂ ਦੱਸ ਕੇ ਗਿਆ, ਉੱਦਾਂ ਚਲ ਗਿਆ ਘਰੋਂ। ਪਹਿਲੋਂ ਵੀ ਚੱਲ ਜਾਂਦੇ ਸੀ ਅਕਸਰ ਘਰੋਂ? ਪਹਿਲੋਂ ਜਿੱਦਾਂ ਘਰੋਂ ਚੱਲ ਜਾਂਦੇ ਸੀ, ਪਿੰਡ 'ਚ ਰਹਿੰਦਾ ਸੀ, ਅੱਜ ਉਹ 6 ਤਰੀਕ ਨੂੰ ਗਿਆ, ਆਇਆ ਨਹੀਂ ਵਾਪਸ। ਮਤਲਬ ਦਿਮਾਗੀ ਥੋੜ੍ਹਾ ਕਮਜ਼ੋਰ ਆ? ਹਾਂਜੀ। ਠੀਕ ਹੈ, ਅਤੇ ਕੀ ਉਹਦਾ ਕਿੱਦਾਂ ਦੇ ਕੱਪੜੇ ਪਾਏ, ਕੀ ਉਹਦਾ ਹੋਲੀਆ ਕੀ? ਕਾਲੀ ਸ਼ਰਟ ਅਤੇ ਕਾਲਾ ਪਜਾਮਾ ਪਾਇਆ ਹੋਇਆ। ਹਾਈਟ ਕਿੰਨੀ ਕੁ ਉਹਦੀ? ਹਾਈਟ ਉਹਦੀ 6 ਫੁੱਟ ਹੈ ਜੀ। ਅਤੇ ਕਿੱਥੇ ਕਿੱਥੇ ਤੁਸੀਂ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ? ਬਿਆਸ ਅਤੇ ਰਈਏ ਗਏ ਸੀ ਬਾਬਾ ਕਾਲਾ, ਇੱਧਰ ਸਾਰਾ ਘੁੰਮ ਆਉਂਦਾ ਕਿਤੇ ਲੱਭਾ। ਪੁਲਿਸ ਕੋਲੋਂ ਸਹਾਇਤਾ ਮੰਗੀ ਤੁਸੀਂ? ਰਿਪੋਰਟ ਕਰਵਾਈ ਹੈ? ਰਿਪੋਰਟ ਕਰਵਾਈ, ਉਹਨਾਂ ਨੇ ਅਜੇ ਤੱਕ ਕੁਛ ਨਹੀਂ ਦੱਸਿਆ ਜੀ। ਠੀਕ ਹੈ, ਅਤੇ ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ? ਜਿੱਥੇ ਵੀ ਜਿਸ ਨੂੰ ਵੀ ਦਿਖੇ ਤਾਂ ਉਹ ਹੈ ਨਾ ਉਹ ਨੰਬਰ 'ਤੇ ਫੋਨ ਕਰ ਦੇਵੇ। ਕੀ ਤੁਹਾਡਾ ਫੋਨ ਨੰਬਰ ਆ? 78 8 83 75 295। ਫਿਰ ਦੁਬਾਰਾ ਬੋਲ ਦਿਉ। 78 8 83 75 295। ਬਾਪੂ ਜੀ, ਤੁਸੀਂ ਗੁੰਮਛੁਦਗੀ ਦੇ ਪੋਸਟਰ ਲਾ ਰਹੇ ਸੀ ਵੱਖ ਵੱਖ ਪਿੰਡਾਂ 'ਚ, ਕੀ ਹੈਗਾ ਪੂਰਾ ਮਾਮਲਾ? ਮਾਮਲਾ ਜੀ ਥੋੜ੍ਹਾ ਦਿਮਾਗੀ ਤੌਰ 'ਤੇ ਚਲੇ ਗਿਆ ਕਿ ਪਤਾ ਨਹੀਂ ਕਿੱਦਾਂ ਚਲੇ ਗਿਆ। ਕੌਣ ਚਲੇ ਗਿਆ? ਇੱਕ ਮੁੰਡਾ ਆਪਣਾ। ਹਾਂਜੀ, ਅਤੇ ਇਸ ਕਰਕੇ ਬਈ ਇਹਦਾ ਪੋਸਟਰ ਲਾਉਣੇ ਕੋਈ ਜਾਣਕਾਰੀ ਕਰ ਲਵੇ। ਕੀ ਉਹਦਾ ਨਾਂ, ਕਿੰਨੀ ਕੁ ਉਮਰ ਹੈ ਉਹਦੀ? ਉਮਰ ਕਿੰਨੀ ਦੱਸਿਆ ਵਾ ਮੁੰਡੇ ਨੇ? ਉਹੀ ਉਮਰ ਆ, ਮੈਨੂੰ ਇੰਨਾ ਖਿਆਲ ਨਹੀਂ ਉਮਰ ਦਾ, 18 ਸਾਲ 19 ਸਾਲ ਦਾ ਦੱਸਦੇ ਆ। ਜੀ ਜੀ ਜੀ। ਬਈ ਕੋਸ਼ਿਸ਼ ਇਹ ਆ ਵੀ ਜਿੱਥੇ ਵੀ ਕਿਸੇ ਨੂੰ ਨਜ਼ਰ ਆਉਂਦਾ ਅਤੇ ਇਹਦਾ ਫੋਨ ਨੰਬਰ ਗਿਆ ਹੋਇਆ ਵਾ ਤਾਂ ਉਸ ਨੰਬਰ 'ਤੇ ਪਾ ਕੇ ਫੋਨ 'ਤੇ ਇਹਨਾਂ ਨੂੰ। ਪਰਿਵਾਰ ਜਿਹੜਾ ਪਰੇਸ਼ਾਨ ਆ? ਪਰੇਸ਼ਾਨ ਬਹੁਤ ਜ਼ਿਆਦਾ। ਉੱਦਣ ਦੀ ਤਲਾਸ਼ ਕਰ ਰਹੇ ਹਾਂ? ਤਲਾਸ਼ 'ਤੇ ਪਏ। ਕਿੱਥੇ ਕਿੱਥੇ ਤੁਸੀਂ ਤਲਾਸ਼ ਕੀਤੀ ਹੁਣ? ਉਹੀ ਗੁਰਦੁਆਰਿਆਂ 'ਚ, ਕਦੀ ਅੱਡਿਆਂ 'ਚ, ਕਿਸੇ ਕਿਤੇ ਬੈਠਾ ਹੋਵੇ, ਚਾਹੇ ਕਿਸੇ ਗੁਰਦੁਆਰੇ 'ਚ ਲੰਗਰ ਪ੍ਰਸ਼ਾਦਾ ਛਕਦਾ ਹੋਊਗਾ। ਜੀ ਜੀ ਜੀ। ਅਤੇ ਮਿਲ ਜਾਵੇ ਅਤੇ ਇਹਦੀ ਜਾਣਕਾਰੀ ਕਰਕੇ ਵੀ ਕਿਹਨਾਂ ਦਾ ਬੱਚਾ ਵਾ, ਕਿੱਥੋਂ ਆਇਆ, ਜਿਹਨੂੰ ਕਿਸੇ ਨੇ ਇਹਦਾ ਡਰੈਸਿੰਗ ਕਰਕੇ ਅਤੇ ਇਹਦਾ ਵੱਡੇ ਬੇਟ ਬੱਚਾ ਬਾਹਰ ਸੀ ਭੇਜ ਦਿੱਤਾ ਜਾਵੇ। ਬਹੁਤ ਧੰਨਵਾਦ ਆ।